First of all, I'm very thankful, Mr. Joe Sandhu and Mr. Thakkar and local friends here. ਤੁਹਾਡਾ ਵੱਲ ਅਸੀਂ ਬਹੁਤ ਵੈਲਕਮ ਕਰਤਾ ਇਹਨਾਂ ਨੇ ਸਾਰਿਆਂ ਨੂੰ, ਵੈਰੀ ਗੁੱਡ ਫਾਦਰ ਹੈ। ਮੇਰਾ ਕੁਐਸਚਨ ਹੈ, ਮੈਂ ਮੀਡੀਏ 'ਚ ਐਜ ਇੰਜੀਨੀਅਰ ਤੁਹਾਡੀ, ਤਦ ਕਰਕੇ ਮੈਂ ਤੁਹਾਡੀ ਬਾਇਓ ਪੜ੍ਹਿਆ। ਆਈ ਫੀਲ ਇਟ ਵੈਰੀ ਕੰਫਰਟੇਬਲ ਟਾਕ ਟੂ ਯੂ ਟੂਡੇ। ਤੁਸੀਂ ਕਾਫੀ ਕੁਝ ਚੇਂਜ ਲਿਆ ਸਕਦੇ ਹੋ। ਮੈਂ ਸਰਵੇ ਕਰਵਾਇਆ, ਮੇਰੇ ਕੋਲ ਕੋਈ ਅਪਰੋਕਸੀਮੇਟਲੀ ਪ੍ਰੈਸ ਮੀਡੀਆ ਨਾਲ ਕੋਈ 60 to 80 ਪੀਪਲ ਵਰਲਡ ਵਾਈਡ ਐਸੋਸੀਏਟ ਵਿਦ ਮਾਈ ਸਿਸਟਮ, ਬਿਕਾਜ਼ ਵੀ ਆਰ 18 ਈਅਰਸ ਆਈ ਐਮ ਸਪੈਂਡਿੰਗ ਮਾਈ ਟਾਈਮ ਐਜ ਏ ਨਿਊਜ਼ ਮੀਡੀਆ ਜਸਟ ਲਾਈਕ ਜੂਸ ਪੀਪਲ ਡੂਇੰਗ। ਜਦੋਂ ਮੈਂ ਵੈਲੂਏਸ਼ਨ ਕਰਦਾ ਐਜ਼ ਏ ਪ੍ਰੈਸ, 70% ਬੰਦੇ ਇਹ ਕਹਿੰਦੇ ਆ, 70% ਕਿ ਬਾਦਲ ਗਰੁੱਪ 10 ਈਅਰਸ ਇਜ਼ ਏ ਬਿਗ ਫੇਲੂਅਰ ਦੇ ਨੈਟ ਨੰਬਰ ਦੈਨ ਕੇਜਰੀਵਾਲ ਕੇ। 95% ਪੀਪਲ ਸੇ ਹੀ ਰੈਪ ਆਫ NRIs ਸੱਚ ਏ ਬੈਡ ਵੇ, ਜਦ ਕਿ ਲੋਕਲ ਟਰਮ। ਮੈਂ ਵੀ ਬੜੀ ਰਿਸਰਚ ਕੀਤੀ ਆ ਕਿ ਵੀ ਫੀਲ ਇਟ ਕਿ ਹੀ ਕੈਨ ਡੂ ਸਮਥਿੰਗ, ਮੈਂ ਅੱਛਾ ਸੋਚਦਾ ਸੀ। 95% ਪੀਪਲ ਸੇਇੰਗ ਫਰੋਮ ਟੋਰਾਂਟੋ ਟੂ ਹੀਅਰ ਕਿ ਇਸ ਬੰਦੇ ਨੇ ਇੰਨਾ ਰੈਪ ਆਫ ਕੀਤਾ NRIs ਨੂੰ, ਕਿ ਈਵਨ ਥੈਂਕ ਯੂ ਵੀ ਨਹੀਂ ਕੀਤਾ ਉਹਨੇ। ਨੰਬਰ 3, ਰਾਜਾ ਸਾਹਿਬ ਆਏ ਇੱਥੇ, ਕੈਪਟਨ ਜੀ ਐਸੇ ਜਗ੍ਹਾ ਦੇ ਉੱਪਰ ਇੱਥੇ ਬੈਠੇ ਸੀ ਅੱਜ ਤੋਂ, ਜਦੋਂ ਇਲੈਕਸ਼ਨ ਤੋਂ ਪਹਿਲਾਂ ਆਏ ਨੇ, ਉਹਨਾਂ ਦਾ ਗਰੁੱਪ ਵੀ ਵੱਡਾ ਆਇਆ ਸੀ। 70% ਟੂਡੇ ਇਹ ਲੋਕ ਕਹਿ ਰਹੇ ਨੇ ਇੱਥੇ NRI ਕਿ ਹੀ ਦੇ ਆਰ ਨਾਟ ਡੂਇੰਗ ਬਟ ਦਿਸ ਪੁਸ਼ ਡੂ। ਕੋਈ ਚੇਂਜ ਤੁਸੀਂ ਲਿਆ, ਲੋਕ ਲਿਆ ਸਕਦੇ ਹੋ? ਤੁਸੀਂ ਐਜੂਕੇਟਰ, ਤੁਹਾਡੀ ਬੈਕਗਰਾਊਂਡ ਬੜੀ ਤਕੜੀ ਆ, ਤੇ ਯਾਰ ਐਪਰੀਸ਼ੀਏਟ ਫੋਰ ਯੋਰ ਟਾਈਮ। ਹੁਣ ਜਿਹੜੀ ਪਿੱਛੇ ਇਲੈਕਸ਼ਨ ਹੋਈ ਸੀਗੀ, ਇਲੈਕਸ਼ਨ ਵਿੱਚ ਦੇਖਿਆ ਸਾਰੇ ਪਾਸੇ ਹਲਕਿਆਂ ਵਿੱਚ ਵੋਟ ਘੜੀ ਕਿੱਦਾਂ ਕਿੱਦਾਂ ਘੜੀ ਆ, ਤੇ ਮੇਰੇ ਖਿਆਲ ਇਹਨਾਂ ਦੀ ਇੱਕ ਵੀ ਵੋਟ ਨਹੀਂ ਘੜੀ ਵਧੀ ਆ। ਇਹਨਾਂ ਦਾ ਫਿਰ ਠੀਕ ਆ, ਇਹ ਤਾਂ ਇਹ 'ਚ ਵੀ ਬਾਦਲ ਸਾਹਿਬ ਦਾ ਲਾਸਟ, ਖਾਸ ਕਰ ਲਾਸਟ ਜਿਹੜੀ ਇਲੈਕਸ਼ਨ ਦੇ ਟਾਈਮ ਸੀਗਾ, ਬਹੁਤ ਸਾਰੇ ਉਹਨਾਂ ਬਾਰੇ ਨੈਗੇਟਿਵ ਗੱਲਾਂ ਆਪਾਂ ਕਰਦੇ ਰਹੇ ਵੀ ਉੱਥੇ ਆਹ ਹੋ ਰਿਹਾ, ਆਹ ਹੋ ਰਿਹਾ, ਆਹ ਹੋ ਰਿਹਾ। ਤੁਸੀਂ ਵੀ ਜਿਵੇਂ ਕਿਹਾ, ਉਹ ਇੱਕ ਐਸੀ ਚੀਜ਼ ਆ ਵੀ ਆਪਾਂ ਹੁਣ ਉਹ ਪਾਸਟ ਲੰਘ ਚੁੱਕੇ ਹਾਂ, ਉਹਨੂੰ ਵਾਪਸ ਤਾਂ ਲਿਆ ਨਹੀਂ ਸਕਦੇ। ਬੈਸਟ ਅਸੀਂ ਇਹ ਕਰ ਸਕਦੇ ਹਾਂ ਕਿ ਉਹ ਤੋਂ ਲਰਨ ਕਰ ਲਈਏ, ਜੋ ਕੁਛ ਹੋ ਗਿਆ ਉਸ ਨੂੰ ਤਾਂ ਆਪਾਂ ਵਾਪਸ ਨਹੀਂ ਲਿਆ ਸਕਦੇ, ਲੇਕਿਨ ਉਸ ਤੋਂ ਲਰਨ ਕਰ ਸਕਦੇ ਕਿ ਉਹ ਕੀ ਹੋਇਆ। ਦੇਖੋ ਜਿਹੜਾ ਅਕਾਲੀ ਦਲ ਆ, ਅਕਾਲੀ ਦਲ ਦੀ ਸਪੈਸ਼ਲ ਪੋਜੀਸ਼ਨ ਆ, ਹਰ ਇੱਕ ਪਿੰਡ ਬਹੁਤ ਕੁਨੈਕਟਿਡ ਆ ਅਕਾਲੀ ਦਲ ਨਾਲ, ਹਰ ਇੱਕ ਪਿੰਡ ਦਾ ਸਰਪੰਚ, ਪਿੰਡ ਦਾ ਗੁਰਦੁਆਰਾ, ਪਿੰਡ ਦੀ ਬਹੁਤ ਕਲੋਜ਼ ਕੁਲੈਕਸ਼ਨ ਆ ਪਿੰਡਾਂ ਨਾਲ ਅਕਾਲੀ ਦਲ ਦੀ। ਇਹ ਜਿਹੜਾ ਕੁਨੈਕਸ਼ਨ ਟੁੱਟਿਆ ਉਹ ਅਕਾਲੀ ਦਲ ਦੀ ਖੁਦ ਜ਼ਿੰਮੇਵਾਰੀ ਸੀ, ਪਰ ਹੁਣ ਜੋ ਹੋ ਗਿਆ ਉਹ ਲੰਘ ਗਿਆ। ਹੁਣ ਮੈਂ ਤੁਹਾਨੂੰ ਪਹਿਲਾਂ ਇਹੀ ਕੁਐਸਚਨ ਪੁੱਛਿਆ ਸੀ ਵੀ ਜਿਹੜੀ ਫਿਊਚਰ ਪਲੈਨਿੰਗ ਆ, ਉਹਦੇ 'ਚ ਤੁਹਾਡੇ ਵਰਗੇ ਐਜੂਕੇਟਿਡ ਬੰਦੇ, ਪ੍ਰੋਫੈਸ਼ਨਲ ਬੰਦੇ ਲਿਆ ਕੇ ਕੁਛ, ਪਹਿਲੀ ਤਾਂ ਗੱਲ ਕੋਈ ਪਲੈਨਿੰਗ ਬੋਡੀ ਸੈੱਟ ਕੀਤੀ ਜਾਵੇ ਜਿਹੜੀ ਫਿਊਚਰ ਨੂੰ ਆਪਾਂ ਆਪਣਾ ਏਜੰਡਾ ਪਲਾਨ ਕਰੇ। ਸੋ ਦੈਟਸ ਵਟ ਵੀ ਆਰ ਉਹਨਾਂ ਨੂੰ ਪਾਸਲ ਨੂੰ ਕਿਹਾ ਬਹੁਤ ਚੰਗੇ ਰੋਡ ਤੋਂ, ਬਹੁਤ ਵਧੀਆ ਬੰਦੇ ਦਾ ਡੈਡੀ ਸਾਡੇ, ਹਰ ਬੰਦਾ ਉਹਨੂੰ ਥੋੜ੍ਹੇ ਸਾਰੇ ਇਸ ਕਰਕੇ ਬਹੁਤ ਚੰਗੇ ਬੰਦੇ ਸਨ, ਪਰ ਹੁਣ ਅਕਾਲੀ ਦਲ ਕਾਲੇ ਜਾਂਦੇ ਹੈਗਾ, ਹੁਣ ਬਾਦਲ ਦਾ ਲਿਆ ਭਾਜੀ, ਕਦੀ ਹਫ਼ਤੇ ਨਹੀਂ ਕਰਦਾ ਬਾਦਲ ਹੋ ਗਿਆ। ਹੁਣ ਪਿੰਡਾਂ 'ਚ ਲੋਕਾਂ ਦੇ ਗੱਲ ਹੈਗੀ ਕਿ ਜਿਹੜੀ ਹੁੰਦੀ ਸੀ, ਇਹਨਾਂ ਨੂੰ ਲੋੜ ਆ ਰੀਪ੍ਰਿੰਟ ਕਰਨ ਦੀ ਗੱਲ ਦਾ, ਹਰ ਇੱਕ ਪਿੰਡ ਪੱਤਰ ਬੜਾ ਮਸਲਾ ਸੀ, ਪੱਤਰ ਪਾਰਟੀ ਹੁਣ ਹੈ ਹੀ ਨਹੀਂ, ਜੇ ਪੱਤਰ ਪਾਰਟੀ ਸੀ ਤਾਂ ਅਕਾਲੀ ਦਲ ਸੀ, ਹੁਣ ਅਕਾਲੀ ਦਲ ਨੇ ਹੁਣ ਬਾਦਲ ਦਾ ਲਿਆ ਹੁਣੇ, ਉਹ ਤੁਹਾਨੂੰ ਉਸ ਬੰਦੇ ਨੂੰ ਲਿਆਉਣ ਜਿੱਥੇ ਸਰਦਾਰ ਤਰੀ ਸਮਝਾ ਸਨ, ਉਹ ਸਨ ਅਕਾਲੀ ਦਲ, ਜਾਗਰ ਸਿੰਘ ਸੇਵਕ ਉਹ ਸੀ ਅਕਾਲੀ ਦਲ, ਬਿਲਕੁਲ ਹਾਂਜੀ, ਫਿਰ ਹੁਣ ਅਕਾਲੀ ਦਲ ਨਹੀਂ ਗਾ, ਹੁਣ ਬਾਦਲ ਦਾ ਲਿਆ। ਹੁਣ ਅਕਾਲੀ ਦਲ ਦੀ ਕਿੰਨੀ ਸਟਰੈਂਥ ਹੈ ਇਨ ਦਾ ਲੈਜਿਸਲੇਚਰ ਜੀ? ਅਕਾਲੀ ਦਲ ਦੇ ਜਿਹੜੇ ਮੈਂਬਰ ਸੀਗੇ ਜੀ, ਉਹਦੇ ਵਿੱਚ 15 ਮੈਂਬਰ ਸੀਗੇ ਐਂਡ 3 BJP ਦੇ ਸੀ, ਉਹਦੇ ਵਿੱਚੋਂ 2 ਮੈਂਬਰ ਘੱਟ ਗਏ ਜੋ 13 ਰਹਿ ਗਏ, ਕਿ ਤਾਂ ਐਤਕੀ ਤਾਂ ਬਹੁਤ ਘੱਟ ਸੀਟਾਂ ਮਿਲੀਆਂ ਜੀ। ਵੈਸੇ ਦੈਟਸ ਵੈਰੀ ਲੋ ਕੰਸੀਡਰਿੰਗ, ਇੱਦਾਂ ਜੀ ਵੀ ਜਨਰੇਸ਼ਨ ਚੇਂਜ ਦੇ ਨਾਲ ਜਿਹੜੀ ਹੈਗੀ ਹੈ ਜੀ, ਬਹੁਤ ਵੱਡੀ ਚੇਂਜ ਵੈਸੇ ਆ ਜਾਂਦੀ ਹੈ। ਹੁਣ ਜਨਰੇਸ਼ਨ ਸ਼ਿਫਟ ਹੋ ਗਈ ਜੀ, ਪਹਿਲਾਂ ਜਿਹੜੀ ਲੀਡਰਸ਼ਿਪ ਸੀ ਉਹ ਸੀਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ, ਠੀਕ ਹੈ, ਨਾਲ ਉਹਨਾਂ ਦੇ ਸੀਗੇ ਸਾਰੇ ਲੀਡਰ, ਉਹ ਲੀਡਰਸ਼ਿਪ ਜਿਹੜੀ ਚਲੋ ਬਿਕੋਜ਼ ਆਫ ਏਜ ਕਹਿ ਲਓ ਜਾਂ ਬਿਕੋਜ਼ ਆਫ ਉਹੀ ਜਿਹੜੀ ਜਨਰੇਸ਼ਨ ਦਾ ਫਰਕ ਪੈ ਗਿਆ ਕਹਿ ਲਓ, ਜਿਹੜਾ ਵੋਟਰ ਆ ਉਹ ਵੀ ਬਹੁਤ ਯੰਗ ਆ ਗਿਆ, ਮਜੋਰਟੀ ਜਿਹੜਾ ਇੰਡੀਆ ਦਾ ਵੋਟਰ ਆ
ਹੈਗਾ 18 ਟੂ ਲੈ ਕੇ 40 ਤੱਕ ਹੀ ਹੁਣ ਆਈ ਥਿੰਕ 60-70% ਆਫ ਜਿਹੜੇ ਇੰਡੀਆਜ਼ ਵੋਟਰਸ ਨੇ ਦੇ ਆਰ ਇਨ ਦਾ ਏਜ ਬਰੈਕਟ ਆਫ 18-40 ਜਾਂ 18-45-50 ਕਹਿ ਸਕਦੇ ਹਾਂ ਉਹ ਫਿਰ ਉਹ ਗਾਂਹ ਲੀਡਰ ਵੀ ਯੰਗ ਹੀ ਆਉਣੇ ਆ ਜੀ ਸੋ ਉਹਦੇ ਨਾਲ ਲੀਡਰਸ਼ਿਪ ਜ਼ਰੂਰ ਯੰਗ ਲੀਡਰਾਂ ਕੋਲ ਗਾਂਹ ਆਉਣੀ ਆ ਜੀ ਜੋ ਤੁਸੀਂ ਕਹਿ ਰਹੇ ਹੋ ਆਈ ਥਿੰਕ ਸੋ ਜਿਹੜਾ ਉਹਨਾਂ ਦੀ ਜਿਹੜਾ ਉਹਨਾਂ ਦੇ ਵਿਊਜ਼ ਆ ਜਾਂ ਜਿਹੜਾ ਪ੍ਰੋਗਰਾਮ ਆ ਅਕਾਲੀ ਦਲ ਦਾ ਏਜੰਡਾ ਆ ਆਉਣ ਵਾਲੇ ਫਿਊਚਰ ਦਾ ਪੰਜਾਬ ਵਾਸਤੇ ਉਹ ਤਾਂ ਚਲੋ ਇਨ ਡਿਊ ਟਾਈਮ ਉਹਨੂੰ ਅਕਾਲੀ ਦਲ ਆਪਣੇ ਲੋਕਾਂ ਸੰਗਤ ਮੂਹਰੇ ਲੈ ਕੇ ਆਊਗਾ ਪਰ ਜੇ ਲੀਡਰਸ਼ਿਪ ਯੰਗ ਆਊਗੀ ਤਾਂ ਵਿਊਜ਼ ਵੀ ਯੰਗ ਆਉਣਗੇ ਨੈਚੁਰਲੀ ਚੇਂਜ ਆ ਜਾਣੀ ਆ ਜੀ ਸੋ ਆਈ ਥਿੰਕ ਸੋ ਇਟਸ ਗੋਇੰਗ ਟੂ ਹੈਪਨ ਉੱਤੇ ਹੀ ਕਰਦੇ ਆ ਹੈਂਗ ਉੱਤੇ ਕਰਦੇ ਆ ਵੀ ਅਸੀਂ ਆਪਣੇ ਹਲਕੇ 'ਚ ਜੇ ਸਾਡੇ ਬੈਠੇ ਹਲਕੇ ਦੇ ਬੰਦੇ ਕਰਪਸ਼ਨ ਨਹੀਂ ਚਾਹੁੰਦੇ ਕਰਪਸ਼ਨ ਕਰਦੇ ਨੇਗੇ ਅਸੀਂ ਬੜੀ ਸਿੰਸੀਅਰਿਟੀ ਨਾਲ ਹਰ ਮਸਲੇ ਨੂੰ ਟੇਕਅਪ ਕਰਦੇ ਹਾਂ ਕਮਿਊਨਿਟੀ ਦਾ ਕੰਮ ਕਰਦੇ ਹਾਂ ਗਰੀਬਾਂ ਵਾਸਤੇ ਬਹੁਤ ਮਨ ਦੇ ਵਿੱਚ ਤੜਫਿਆ ਦਿਲ 'ਚ ਗਰੀਬਾਂ ਦਾ ਕੁਛ ਭਲਾ ਕਰਨਾ ਚਾਹੀਦਾ ਅਗਰ ਪਰਮਾਤਮਾ ਨੇ ਮੌਕਾ ਦਿੱਤਾ ਹੈ ਜ਼ਿੰਦਗੀ 'ਚ ਸੋ ਇਹ ਜਿਹੜੀਆਂ ਗੱਲਾਂ ਨੇ ਜੀ ਇਹ ਬੜਾ ਇੱਕ ਬਹੁਤ ਵੱਡਾ ਕਲੈਕਟਿਵ ਐਫਰਟ ਹੈ ਜਿਸ ਆਪਣੇ ਨਾ ਕਹਿ ਲਓ ਸਾਂਝਾ ਮਸਲਾ ਹੈ ਮੈਂ ਇਕੱਲਾ ਉਹਦੇ ਵਿੱਚ ਕੁਛ ਨਹੀਂ ਕਰ ਸਕਦਾ ਨਵਜੋਤ ਸਿੱਧੂ ਇਕੱਲਾ ਕੁਛ ਨਹੀਂ ਕਰ ਸਕਦਾ ਨਵਜੋਤ ਸਿੱਧੂ ਦੀ ਗੱਲ ਇੰਨੀ ਚਲੋ ਬੜੀ ਆਉਂਦੀ ਆ ਠੀਕ ਹੈ ਪਰਮਾਤਮਾ ਨੇ ਬੜੇ ਗੁਣ ਦਿੱਤੇ ਉਹਨੂੰ ਸਟਾਰ ਸੀਗਾ ਕ੍ਰਿਕਟ ਦਾ ਸਟਾਰ ਸੀ ਟੀ ਵੀ ਦਾ ਸਟਾਰ ਬਣ ਗਿਆ ਠੀਕ ਹੈ ਉਹਦੀ ਜਿਹੜੀ ਉਹਦੇ ਜ਼ਬਾਨ 'ਚ ਰਸ ਬਹੁਤ ਆ ਸ਼ੇਰੋ ਸ਼ਾਇਰੀ ਕਰਦਾ ਆ ਬਟ ਨਵਜੋਤ ਸਿੱਧੂ ਵੀ ਉਹ ਸਟਾਰ ਪੋਲੀਟਿਕਸ ਵਾਸਤੇ ਜੇ ਕਿਤੇ ਮੌਕਾ ਉਹਨੂੰ ਮਿਲੇ ਤਾਂ ਕੰਮ ਵਧੀਆ ਕਰਨਾ ਚਾਹੀਦਾ ਕਰੂਗਾ ਅਸੀਂ ਕਹਿੰਦੇ ਕਰੂਗਾ ਅਸੀਂ ਉਹਦੀ ਅਸੈਂਬਲੀ ਵਿੱਚ ਵੀ ਉਹਦੀ ਅਸੀਂ ਸ਼ਿਫਟ ਕੀਤੀ ਵੀ ਜੇ ਇਮਰਾਨ ਖਾਨ ਕੋਲ ਗਿਆ ਇਹਨੇ ਇਮਰਾਨ ਖਾਨ ਨਾਲ ਗੱਲ ਕੀਤੀ ਜਾਂ ਜਨਰਲ ਬਾਜਵਾ ਨਾਲ ਜੱਫੀ ਪਾਈ ਦੈਟ ਮੀਨਸ ਉਹਨੇ ਵੀ ਕੰਟਰੀਬਿਊਟ ਕੀਤਾ ਲਾਂਘੇ ਵਾਸਤੇ ਅਸੀਂ ਉਹਦੀ ਸ਼ਿਫਟ ਕੀਤੀ ਅਸੈਂਬਲੀ 'ਚ ਵੈਰੀ ਗੁੱਡ ਅਤੇ ਸਾਡੀ ਲੀਡਰਸ਼ਿਪ ਬੈਠੀ ਸੀ ਉਹ ਸਾਹਮਣੇ ਸਾਰੇ ਸਾਹਮਣੇ ਕੀਤੀ ਵੀ ਉਹਦਾ ਵੀ ਯੋਗਦਾਨ ਬਦਲ ਕਰਨ ਦੀ ਲੋੜ ਹੈ ਜੀ ਉਹਦੇ 'ਚ ਜਦ ਤੁਸੀਂ ਕਹਿੰਦੇ NRIs 'ਤੇ ਆ ਰਹੇ ਹੋ ਤੁਸੀਂ ਮੈਨੂੰ ਯਾਦ ਆ ਗਿਆ ਜਿਹੜੀ ਤੁਸੀਂ ਕਹਿੰਦੇ ਨਾ ਜਦੋਂ ਕੈਟਾਲੀਟਿਕ ਕਨਵਰਟਰ ਲੈ ਕੇ ਗਏ ਸੀਗੇ ਉਦੋਂ ਸਰਕਾਰ ਨੇ ਇੱਕ ਬਿਆਨ ਦਿੱਤਾ ਸੀਗਾ ਆਈ ਥਿੰਕ ਉਹ 1997 ਦੀ ਗਵਰਨਮੈਂਟ ਸੀ ਬਾਦਲ ਸਾਹਿਬ ਦੀ ਉਹਨਾਂ ਨੇ ਕਿਹਾ ਸੀ ਸਾਰੀਆਂ ਗੱਡੀਆਂ 'ਚੋਂ ਲਾਉਣੇ ਆ ਕੈਟਾਲੀਟਿਕ ਕਨਵਰਟਰ ਸੋ ਦੈਟ ਉਹ ਜਿਹੜਾ ਪੋਲਿਊਸ਼ਨ ਘੱਟਦੇ ਨਾ ਹੀ ਜਿਹੜੀ ਆਉਂਦੀ ਆ ਤਾਂ ਸਮੋਗ ਆਉਂਦਾ ਆ ਉਹਨੂੰ ਕਨਵਰਟ ਕਰਕੇ ਤਾਂ ਉਹਦਾ ਜਿਹੜੇ ਉਹਦੇ 'ਚੋਂ ਨਾ ਆਉਣ ਪਾਰਟੀਕਲਸ ਨਾ ਆਉਣ ਉਸ ਯਾਦ ਆ ਗਿਆ ਵੈਸੇ ਉਹ ਤਾਂ ਬੜੀ ਚਰਚਾ ਹੋਈ ਸੀ ਪੰਜਾਬ 'ਚ ਵੀ ਡੈਡ ਕਨਵਰਟਰਸ ਦੀ ਚਲੋ ਨਹੀਂ ਹੋਇਆ ਹੋਣਾ ਚਾਹੀਦਾ ਸੀਗਾ ਅਸੀਂ ਤਾਂ ਫਿਰ ਤੁਹਾਨੂੰ ਇਹੀ ਅਸ਼ੋਰੈਂਸ ਦੇ ਸਕਦੇ ਹਾਂ ਕਿ ਚਲੋ ਟੀਮ ਹੌਲੀ ਹੌਲੀ ਬਿਲਡ ਹੁੰਦੀ ਹੈ ਜੀ ਬਟ ਵੀ ਵਿਲ ਟ੍ਰਾਈ ਆ ਲੈਵਲ ਬੈਸਟ ਟੂ ਡੂ ਵਾਟ ਐਵਰ ਇਜ਼ ਰਾਈਟ ਫੋਰ ਪੰਜਾਬ BJP ਤੋਂ ਸਪੋਰਟ ਦੇ ਦਿਓ ਆਪਣੀਆਂ ਮੰਗਾਂ ਸਾਰੀਆਂ ਮਨਵਾ ਲਓ ਉਹਨਾਂ ਤੋਂ ਪੰਜਾਬ ਦਾ ਇਸ ਵੇਲੇ ਪ੍ਰੈਸ਼ਰ ਹੈ ਆਪਣਾ ਪੰਜਾਬ ਦਾ ਸਿੱਖਾਂ ਦਾ ਦਿੱਲੀ 'ਤੇ ਦਬਾਅ ਹੈਗਾ ਹੁਣ ਲੈ ਲਓ ਜੋ ਲੈਣਾ ਮੁੜ ਕੇ ਨਹੀਂ ਮਿਲਣਾ ਕਰਤਾਰਪੁਰ ਸਾਹਿਬ ਦੀ ਗੱਲ ਕੀਤੀ ਹੈ ਹੁਣ ਸਿੱਧੂ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਦੇਖੋ ਬਹੁਤ ਵੱਡਾ ਮੌਕਾ ਮਿਲ ਗਿਆ ਸਾਰੇ ਹੀ ਸਿੱਖ ਪੰਥ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਜਾਂ ਸਿੱਖ ਜਗਤ ਨੂੰ ਕਹਿ ਸਕਦੇ ਹਾਂ ਜਦੋਂ 1947 'ਚ ਲਕੀਰ ਖਿੱਚੀ ਸੀਗੀ ਦੈਟ ਵਾਜ਼ ਅ ਰੋਂਗ ਜਿਹੜਾ ਬਾਰਡਰ ਆਪਣੇ ਸਾਰੇ ਗੁਰਧਾਮ ਉੱਥੇ ਰਹਿ ਗਏ ਜ਼ਿਆਦਾ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਪਾਕਿਸਤਾਨ 'ਚ ਆ ਘੱਟ ਆਪਣੇ ਵਾਲੇ ਪਾਸੇ ਆ ਆਪਾਂ ਜਾਣਦੇ ਹੀ ਸਾਰੇ ਪਾਕਿਸਤਾਨ ਸਾਰੇ ਜਾਂਦੇ ਆਉਂਦੇ ਰਹਿੰਦੇ ਤੁਸੀਂ ਪਰ ਜਿਹੜਾ ਕਰਤਾਰਪੁਰ ਸਾਹਿਬ ਦੀ ਗੱਲ ਸੀਗੀ ਉਹ ਬਹੁਤ ਵੱਡੀ ਬੇਇਨਸਾਫੀ ਹੋਈ ਆਪਣੇ ਬਿਕੋਜ਼ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਇੰਡੀਆ ਵਾਲੇ ਪਾਸੇ ਤੋਂ ਖੜ੍ਹੇ ਹੋ ਕੇ ਦੇਖ ਸਕਦੇ ਹਾਂ ਜਿਸ ਗੁਰੂ ਘਰ ਨੂੰ ਆਪਾਂ ਆਪਣੀਆਂ ਨੇਕਡ ਆਈਜ਼ ਨਾਲ ਦੇਖ ਸਕਦੇ ਹਾਂ ਉਹ ਤਾਂ ਆਪਣੇ ਵੱਲ ਚਾਹੀਦਾ ਸੀਗਾ ਪਰ ਚਲੋ ਉਹ ਨਹੀਂ ਉਸ ਸਮੇਂ ਧਿਆਨ ਕੀਤਾ ਨਹਿਰੂ ਦੀ ਗਲਤੀ ਗਾਂਧੀ ਦੀ ਗਲਤੀ ਜਿਹਨਾਂ ਦਾ ਕੀ ਰੋਲ ਹੈ ਅਗੇਨ ਦੈਟ ਇਜ਼ ਅ ਵੈਰੀ ਬਿਗ ਆਪਣੇ ਟੋਪਿਕ ਬਟ ਆਪਣੇ ਨਾਲ ਸਮੇਂ ਸਿਰ ਦਿੱਲੀ ਦੇ ਜਿਹੜੇ ਲੋਕ ਸੀ ਉਹਨਾਂ ਨੇ ਪੰਜਾਬ ਨਾਲ ਬਹੁਤ ਵਿਤਕਰਾ ਕੀਤਾ ਸਾਨੂੰ ਮਹਿਸੂਸ ਹੁੰਦਾ ਚਲੋ ਅਸੀਂ ਤਾਂ ਤੀਜੀ ਪੀੜ੍ਹੀ ਦੇ ਹਾਂ ਜਿਹੜੇ ਸਾਡੇ ਕਹਿ ਲਓ ਆਪਾਂ ਉਸ ਥੋੜ੍ਹਾ ਬਹੁਤਾ ਫਰਕ ਹੀ ਆ ਤੁਸੀਂ ਵੱਡੇ ਹੋ ਸਾਰੇ ਪਰ ਅਸੀਂ ਸਮਝਦੇ ਹਾਂ ਕਿ ਜਿਹੜੇ ਸਾਡੇ ਗ੍ਰੈਂਡ ਪੇਰੈਂਟ ਸੀਗੇ ਉਹਨਾਂ ਨੇ ਇੰਡੀਆ ਨੂੰ ਆਜ਼ਾਦੀ ਦਵਾਈ ਜਿਹੜੇ ਸਾਡੇ ਪੇਰੈਂਟ ਸੀਗੇ ਉਹਨਾਂ ਨੇ ਇੰਡੀਆ ਦੀ ਪ੍ਰੋਗਰੈਸ ਵਾਸਤੇ ਬਹੁਤ ਵੱਡਾ ਉਹਨਾਂ ਨੇ ਬਲੀਦਾਨ ਕੀ ਦਿੱਤਾ ਇੰਡੀਆ ਨੂੰ ਜਿਹੜਾ ਮਾਡਰਨ ਆਪਣੇ ਬਣਾਉਣ ਵਾਸਤੇ ਪੰਜਾਬ ਦੀ ਤਰੱਕੀ ਵਿੱਚ ਆਪਣੇ ਸਾਰੇ ਬਜ਼ੁਰਗਾਂ ਨੇ ਯੋਗਦਾਨ ਪਾਇਆ ਉਹ 'ਚ ਬਰਨਾਲਾ ਸਾਹਿਬ ਦਾ ਜ਼ਿਕਰ ਹੈਗਾ ਹੀ ਹੈ ਚਲੋ ਪੋਲੀਟੀਕਲੀ ਰਿਲੀਜੀਅਸਲੀ ਜਾਂ ਪੰਥ ਵਾਸਤੇ ਉਹਨਾਂ ਨੇ ਬੜੀ ਲੰਬੀ ਘਾਲਣਾ ਕਰ ਲਈ ਬਰਨਾਲਾ ਸਾਹਿਬ ਨੇ ਅਗਰ ਤੁਸੀਂ ਸਾਰੇ ਜਾਣਦੇ ਹੀ ਹੋ ਲੇਕਿਨ ਚਲੋ ਅਸੀਂ ਬਤੌਰ ਉਹਨਾਂ ਦੇ ਬੱਚੇ
इलाके के जिहड़े सारे अपने होंगे परिवार उन्होंने ज़्यादा पता होंगे, लेकिन पता ही आप सबनों कि उन्होंने सारी लाइफ अपनी संगत लई लोगों लई ते खास तौर पर पंथ लई उन्होंने बड़ी घालना आ उन्होंने बड़ी घुट घुट के भरी सी पंथ प्रस्ती। मिनिस्टर भी बन सकते सके, बड़े सीनियर पोजिशन से जा सकते सके। बादल साहब के नंबर दो सी अपने जो बादल साहब स्ट्रगल कर रहे थे उस नंबर टू से बादल साहब अच्छे देखा समा बादल साहब का जो कोई बहुत ही गल नहीं सी अकाली दल की, पर जो मौका आया प्रिंसिपल्स का मौका आया अपने वैल्यूज़ का या सिद्धांतों का आया तो उन्होंने अकाली दल तो पासे हो गए। भी चलो कई गल्ला सीगियां पोलिटिकली उस समय जिहड़ियां सिखां दीआं मंगां सी कह लो या अपनियां जिहड़ी आपां संघर्ष कीता मोर्चे लाए उहदे वास्ते उन्होंने कहा सी कि उन्हां नूं आपां जरूर पूरा कराईए सरकारां तों तां ही अपना फायदा सरकारां बणाउण दा। जे आपां कुछ लिया नहीं पंजाब नूं कुछ मिलिया नहीं, ना चंडीगढ़ मिलिया ना पंजाबी बोलदे इलाके मिले। सुप्रीम कोर्ट पानी का केस भी अजे वो जिहड़ी आ तलवार लटक रही आ वह भी अपने उल्टी आना आ आपां सारयां नूं पता ही आ सुप्रीम कोर्ट ने पंजाब नाल कोई ये नहीं करना फायदा नहीं करना तो पर नहीं होया तो बड़ा पासे हो गए थोड़ा जहा गैप पै गया वो मुड़ के फिर चलो कट्ठे हो गए बिकॉज अकाली सके अकाली रहना सी अकाली दल बनाने में बड़ा वड्डा योगदान सी। पर उन्होंने आ जो करतारपुर साहब का कोरीडोर का एक जिहड़ा सीगा एक सेवा मिशन सी उन्होंने एक बहुत वड्डे उन्होंने वो लिया कि ये पंथ वास्ते बहुत एक वड्डा मसला आ जिहड़ा कि जरूर हल होगा। बहुत सारे ऐसे लोग सन जो करतारपुर साहब के लांघे की अरदास शुरू की उन्होंने 2001 तो उन्होंने इस इशू में टेकअप किया। 2001 में पहली अरदास उन्होंने बनारा साहब ने विसाखी वाले दिन की सारी संगत नाल लैके उत्थे तुसी बंद खड़े हो गए रावी के दरिया के कंढे खड़े होके उदो BSF वाले जान नहीं सी दिंदे बहुत सीगा उन्हां दा जोर सीगा उदो तो पुछदा कोई नहीं सीगा उन्हां समय जदा ते पर फिर भी चलो इन्हां दा बड़े दलेर सी कह लो हौसला सी बजुर्गों की अपनी गल सी कोई परवाह नहीं की चले गए धक्के नाल अरदास की मुड़ के फिर गल खुल गई सारी चल पिया। फिर तो उत्थे बाग बहारां लग गई उत्थे जिहड़ी उस समय 2 लाख नूं एकड़ हुंदा सीगा बॉर्डर दा एरिया सारा बैकवर्ड सी जदों ये सारा इशू टेकअप किया 50-50 लाख नूं जमीन हो गई 1 करोड़ हो गई हुण तो उत्थे अपने बॉर्डर क्रॉसिंग बन जानी आ हुण तो गल ही सारी बदल गई उस इलाके की। तो बड़े लोग खुश ने चलो बाबे नानक की धरती आ एक ना एक दिन भाग तो लगने से उस धरती चाहे लेट लगे पर 2001 तो लैके उन्होंने एन लास्ट मोमेंट तक हर महीने मस्या वाले दिन अरदास की तो जो बाहर आए कि फिर ही मिस की अदरवाइज नहीं कभी बीमार होए तो भी जाते सके पहले तो बस में बैठ के जाते संगत ना बस में जाना लंगर छकना नाल ही गड्डिया में ही बड़ा कहना तो उन्होंने ब्रोंकाइटिस मिट्टी ना उन्होंने खंघ आती सी भी तुम गड्डी जाओ पर कहते नहीं बस संगत ना जाना मतलब बिकॉज वेरी डाउन टू अर्थ। चलो उन्होंने सगा अपना सुभा से उन्होंने कुछ तकड़े भी सी नहीं परवाह करते पर फिर जदों अल्टीमेटली दोवां सरकारां ने इहदा फैसला लैके इमरान खान बन गया वह भी चंगा हो गया। चलो इमरान खान एक बड़ा कह लो फॉरवर्ड थिंकिंग वाला जिहड़ा हैगा स्टेट्समैन कह सकते हैं आपां सगा दा प्लेयर ही हो पर जिन्ने वे स्टेटमेंट्स आए ने इमरान खान के बहुत वधिया आए ने इंडिया पाकिस्तान के जिहड़े रिलेशन ने इंप्रूव करन वास्ते उन्हें बड़ा कोशिश की इमरान खान ने इधर इंडिया वालों नहीं चलो वह रेसिप्रोकेट नहीं होया बिकॉज अजे नहीं ये मोदी नहीं चाहते कश्मीर का मसला बच्चे अड़िया आ कश्मीर बारे भी पढ़े ही सारा जो भी होया आर्टिकल 370 का जिमें जिन्होंने उन्होंने करता कैंसल करता रिवोक करता अगेन डिफरेंट दैट इज़ अ डिफरेंट सबजैक्ट बट उन्होंने वालों भी संकेत आते रहे बडाला साहब उत्थे जाके शौकत अजीज़ ना प्रवेश मुशरफ ना होर पाकिस्तान के लीडर ना बहुत बारी डेलीगेशन लेके गए तो उन्होंने इस गलते मनाया भी इन खोलो ये पीस कोरीडोर है पंजाब का तो अपने दोनों पंजाबों का पाकिस्तान इंडिया का तुम देखो कि अपनी कृपा है गुरु नानक देव जी की भी कश्मीर कि लड़ाई आ किमें तनाव आ किमें गोली चलती है तो पंजाब में बिल्कुल कोई इतने वो नहीं है डिस्टर्बेंस नहीं कोई उत्तर टेंशन नहीं पंजाब के बॉर्डर पर साफ बिल्कुल उत्थे पीस आ ये भी गुरु साहब की कृपा कह सकते हैं आप पर हूँ वो जो करतारपुर साहब का लांघा खुल जा रहा तुम सारे ने आना ही हाँ अभी जिते भी गए सारे NRIs बड़े उन्होंने मन इच्छा है कि असी भी आईए 550 साल शताब्दी समागम भी मनाए जाने ने बड़े वे पद्धर से सारी दुनिया च गुरु नानक देव जी का जोड़ा ये 550 साल शताब्दी के प्रोग्राम है बहुत लार्ज स्केल पर हो रहे हैं बड़ी श्रद्धा ना सत्कार ना पंजाब भी चल रहा
ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਵੀ ਆ ਗਿਆ ਆਪਣੇ ਪੰਜਾਬ 'ਚ ਗਾਂਹ ਜਾ ਰਿਹਾ, ਫਿਰ ਮੁੜ ਕੇ ਬੇਰ ਸਾਹਿਬ ਆ ਕੇ ਉਹਦਾ ਪੂਰਾ ਹੋਣਾ, ਅਠਰਾ ਸੰਪੰਨ ਹੋਣਾ ਆ। ਸੋ ਉਸ ਲਿਹਾਜ਼ ਨਾਲ ਆਪਾਂ ਇਹਦੇ ਵਿੱਚ ਜ਼ਰੂਰ ਆਪਣਾ ਹਿੱਸਾ ਪਾਉਣਾ, ਅਤੇ ਬੜੀ ਖੁਸ਼ੀ ਆ ਆਪਾਂ ਨੂੰ ਕਿ ਜਿਹੜੀ ਹਿਸਟਰੀ ਗਲਤ ਬਣੀ ਸੀ 1947 'ਚ ਉਹਨੂੰ ਆਪਾਂ ਕਹਿ ਸਕਦੇ ਹਾਂ ਵਿੱਚ ਬੀਇੰਗ ਅਨਡਨ, ਜਿਵੇਂ ਕਹਿੰਦੀ ਨਾ ਹਿਸਟਰੀ ਇਜ਼ ਬੀਇੰਗ ਅਨਡਨ, ਜੋ ਸਮੇਂ ਬਣਾਈ ਸੀ ਉਹ ਗਲਤ ਸੀਗੀ, ਉਹਨੂੰ ਹੁਣ ਮਿਟਾਉਣ ਜਾ ਰਹੇ ਹਾਂ। ਅਲਟੀਮੇਟਲੀ ਆਪਾਂ ਤਾਂ ਚਾਹੁੰਦੇ ਹਾਂ ਕਿ ਜਿੰਨੇ ਵੀ ਆਪਣੇ ਗੁਰੂ ਘਰ ਨੇ ਪਾਕਿਸਤਾਨ 'ਚ, ਉਹਨਾਂ ਸਾਰਿਆਂ ਦੇ ਖੁੱਲ੍ਹੇ ਦਰਸ਼ਨ ਦਾਰੇ ਕਰਨ ਦਾ ਮੌਕਾ ਆਪਾਂ ਨੂੰ ਮਿਲੇ, ਸਿੱਖ ਸੰਗਤ ਨੂੰ, ਸਾਰੇ ਸਿੱਖ ਪੰਥ ਨੂੰ, ਸਿੱਖ ਜਗਤ ਨੂੰ, ਅਤੇ ਗੁਰੂ ਨਾਨਕ ਨਾਮ ਲੇਵਾ ਜਿੰਨੀ ਵੀ ਸੰਗਤ ਆ ਜ਼ਰੂਰ ਜਾ ਸਕੇ। ਅਧਿਕਾਰ ਚਾਹੀਦੇ ਆ, ਚੰਡੀਗੜ੍ਹ ਪੰਜਾਬ ਨੂੰ ਦਿਓ, ਪੰਜਾਬੀ ਬੋਲਦੇ ਇਲਾਕੇ ਦਿਓ, ਜਾਂ ਮਤਲਬ ਸਾਰਾ ਜੋ ਪੰਜਾਬ ਦਾ ਸਾਰਾ ਹੈਗਾ ਪੁਰਾਣਾ ਡਿਸਪਿਊਟ ਹੈ ਉਹਨੂੰ ਸੈਟਲ ਕਰੋ, ਪਰ ਕੋਈ ਖਤਰੇ ਵਾਲੀ ਗੱਲ ਕੋਈ ਨਹੀਂ ਜੀ, ਨਥਿੰਗ ਲਾਈਕ ਦੈਟ, ਇੱਦਾਂ ਦੀ ਗੱਲ ਨਹੀਂ ਕੋਈ। ਇਹ ਤਾਂ ਚਲੋ ਬਿਕੋਜ਼ ਉੱਥੇ ਕਸ਼ਮੀਰ 'ਚ ਬਹੁਤ ਇੰਸਰਜੈਂਸੀ ਆ, ਦੇਖੋ ਜੇ ਫੌਜੀ ਮਰਦੇ ਉਹ ਵੀ ਆਪਣੇ ਫੌਜੀ ਮਰਦੇ ਆ, ਆਪਾਂ ਨੂੰ ਉਹਨਾਂ ਦਾ ਵੀ ਦਰਦ ਹੈਗਾ ਆ। ਜੇ ਕਸ਼ਮੀਰੀ ਮਰਦੇ ਉਹ ਵੀ ਚਲੋ ਵਿਚਾਰੇ ਕਸ਼ਮੀਰੀ, ਉਹ ਵੀ ਕਿਸੇ ਦੇ ਪੁੱਤ ਨੇ, ਉਹ ਵੀ ਮਾੜੀ ਗੱਲ ਆ। ਬਾਕੀ ਜਿਹੜਾ ਹੁੰਦਾ ਆ ਉੱਥੇ ਮੂਵਮੈਂਟ ਚੱਲਦੀ ਆ, ਜਿਹੜੇ ਮੁੰਡੇ ਲੜ ਰਹੇ ਆ ਜਾਂ ਜਿਹੜੇ ਕਰ ਰਹੇ ਸੰਘਰਸ਼, ਉਹ ਤਾਂ ਉਹਨਾਂ ਦਾ ਆਪਣਾ ਏਜੰਡਾ ਹੈਗਾ ਜੀ, ਅਤੇ ਬਟ ਇਹ ਵੀ ਚਾਹੁੰਦੇ ਵੀ ਕਸ਼ਮੀਰ 'ਚ ਵੀ ਪੀਸ ਹੋਵੇ। ਕਸ਼ਮੀਰ ਜੇ ਮੋਦੀ ਸਾਹਿਬ ਨੇ ਫੈਸਲਾ ਲਿਆ, ਇਫ ਇਟ ਰਿਜ਼ਲਟਸ ਇਨ ਪਰਮਨੈਂਟ ਪੀਸ ਫੋਰ ਕਸ਼ਮੀਰ, ਬਹੁਤ ਚੰਗਾ। ਫਿਰ ਤਾਂ ਜੇ ਕਸ਼ਮੀਰ ਇਸ ਫੈਸਲੇ ਨਾਲ ਸ਼ਾਂਤ ਹੋ ਜਾਵੇ, ਫਿਰ ਤਾਂ ਕਸ਼ਮੀਰੀਆਂ ਦਾ ਵੀ ਫਾਇਦਾ ਆ, ਬਹੁਤ ਭਲਾ ਕਸ਼ਮੀਰੀਆਂ ਦਾ। ਪਰ ਕੀਤਾ ਬਹੁਤ ਉਹਨਾਂ ਨੇ, ਇਕਦਮ ਕਹਿ ਲਓ ਜਿਹੜੇ ਸਟੇਕ ਹੋਲਡਰ ਸੀ ਉਹਨਾਂ ਨੂੰ ਥੋੜ੍ਹਾ ਬਹੁਤਾ ਕੌਨਫੀਡੈਂਸ ਵਿੱਚ ਲੈਣਾ ਚਾਹੀਦਾ ਸੀ, ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀਗੀ ਇਸ ਤਰੀਕੇ ਨਾਲ ਕਰਦੇ, ਸੋ ਦੈਟ ਸ਼ੌਕ ਇੰਨਾ ਨਾ ਲੱਗਦਾ। ਉਹਨੇ ਇਕਦਮ ਸ਼ੌਕ ਲੱਗਾ, ਹੁਣ ਉਹਨਾਂ ਦਾ ਕਸ਼ਮੀਰ ਬੰਦ ਆ, ਕੋਈ ਨਾ ਉੱਥੇ ਕਰਫਿਊ ਵੀ ਨਹੀਂ ਖੁੱਲ੍ਹ ਰਿਹਾ, ਨਾ ਉੱਥੇ ਕੋਈ ਇੰਟਰਨੈਟ ਆ, ਨਾ ਕੋਈ ਹੋਰ ਇੱਦਾਂ ਦੀ ਗੱਲ ਹੈਗੀ ਨਹੀਂ।